ਕਿਉਂਕਿ ਅੰਮ੍ਰਿਤਪਾਲ ਹੋਰੀ ਥੋੜੀ ਦੇਰ ਚ ਪਹੁੰਚਣ ਵਾਲੇ ਨੇ। ਤੁਸੀਂ ਕਹਿ ਰਹੇ ਸੀ ਕਿ ਸਵੇਰੇ ਤੁਸੀਂ ਪਾਰਲੀਮੈਂਟ ਹੀ ਬੈਠੇ ਸੀਗੇ ਸਰਬਜੀਤ ਖਾਲਸਾ ਹੋਰਾਂ ਨਾਲ, ਲੇਕਿਨ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਓਥ ਲੈ ਲਿੱਤੀ, ਉਥੋਂ ਦੀ ਪਾਰਲੀਮੈਂਟ ਤੋਂ ਚੱਲ ਗਏ। 20-25 ਮਿੰਟ ਦਾ ਰਸਤਾ ਵੈ, ਇੱਥੇ ਪਹੁੰਚ ਰਹੇ ਨੇ ਔਰ ਇੱਥੋਂ ਦੀ ਤਕਰੀਬਨ 35-40 ਮਿੰਟ ਦੀ ਮੁਲਾਕਾਤ ਪਰਿਵਾਰ ਨਾਲ ਹੋਏਗੀ ਔਰ ਉਸ ਤੋਂ ਬਾਅਦ ਵਾਪਸ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਏਗਾ। ਨਹੀਂ ਦੇਖੋ, ਬਿਲਕੁਲ ਸਹੀ ਗੱਲ ਹੈ ਜੀ, ਜੋ ਇੱਕ ਮੁਲਾਕਾਤ ਆ ਦੂਰ, ਇੱਕ ਮੈਂ ਕਹੂੰਗਾ ਪਬਲਿਕ ਵਿਜ਼ਿਟ ਦੇ ਲਈ, ਜੋ ਵੈਸੇ ਵਿਜ਼ਿਟ ਹੁੰਦੀ ਹੈ ਉਸਦੀ ਪਰਮਿਸ਼ਨ ਨਹੀਂ ਦਿੱਤੀ ਗਈ। ਵੀ ਜੋ ਅੱਜ ਬਹੁਤ ਜ਼ਿਆਦਾ ਸਖਤੀ ਲੱਗ ਰਹੀ ਸੀ ਵੀ ਪਤਾ ਨਹੀਂ ਕੀ ਹੋਣ ਜਾ ਰਿਹਾ, ਜੋ ਹੋਣਾ ਤਾਂ ਇਹੋ ਸੀ ਵੀ ਦੋ ਮੈਂਬਰ ਪਾਰਲੀਮੈਂਟੇਰੀਅਨਸ, ਇੱਕ ਕਸ਼ਮੀਰ ਤੋਂ ਇੱਕ ਪੰਜਾਬ ਤੋਂ, ਉਹਨਾਂ ਨੇ ਸਹੁੰ ਚੁੱਕਣੀ ਸੀ ਉੱਥੇ ਅਤੇ ਉਹਨਾਂ ਨੂੰ ਚਾਹੁਣ ਵਾਲੇ ਆਏ ਸੀ। ਸਾਨੂੰ ਉੱਥੇ ਜੋ ਰਸ਼ੀਦ ਸਾਹਿਬ ਨੇ, ਉਹਨਾਂ ਦੇ ਬ੍ਰਦਰ ਵੀ ਮਿਲੇ ਉੱਥੇ, ਉਹ ਵੀ ਗੈਲਰੀ ਦੇ ਵਿੱਚ ਉੱਥੇ ਰਿਸੈਪਸ਼ਨ ਕੀਤੀ ਤੁਸੀਂ ਰਸ਼ੀਦ ਦੇ ਭਰਾ? ਹਾਂ, ਉਹਨਾਂ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਵੀ ਨਹੀਂ ਸੀ ਅੰਦਰ ਕੋਈ ਮੁਲਾਕਾਤ ਕਰਨ ਦੇ ਰਹੇ, ਤਾਂ ਉਹ ਵੀ ਇਸ ਚੀਜ਼ ਤੋਂ ਹੈਰਾਨ ਸੀ ਵੀ ਜੋ ਉਹਨਾਂ ਦੇ ਬ੍ਰਦਰ ਹੈ ਉੱਥੇ ਅੰਦਰ ਜਾ ਰਹੇ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਫਾਦਰ ਸਾਹਿਬ ਅਤੇ ਚਾਚਾ ਜੀ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਤਾਂ ਪਾਰਲੀਮੈਂਟ ਪਹੁੰਚੇ ਹੀ ਨਹੀਂ, ਉਹਨਾਂ ਨੂੰ ਤਾਂ ਰਕਾਬਗੰਜ ਹੀ ਉੱਥੋਂ ਹੀ ਇੱਧਰ ਲੈ ਆਏ ਉਹਨਾਂ ਨੇ। ਪਰ ਜੋ ਕੋਸ਼ਿਸ਼ ਤਾਂ ਕੀਤੀ ਸੀ ਅਸੀਂ ਵੀ ਜਾ ਕੇ, ਉਹਨਾਂ ਨੂੰ ਸਿਗਾ ਕਿ ਪਾਰਲੀਮੈਂਟ ਮੁਲਾਕਾਤ ਹੋ ਸਕਦੀ। ਹਾਂਜੀ, ਉਹਨਾਂ ਨੇ ਜੋ ਅਸੀਂ ਲਿਸਟ ਵੀ ਭੇਜੀ ਸੀ, 6 ਬੰਦਿਆਂ ਦੀ ਲਿਸਟ ਸੀ, ਤੁਹਾਡਾ ਨਾਮ ਵੀ ਸੀ ਸ਼ਾਇਦ। ਹਾਂਜੀ, ਤੇ ਉਸ ਦੇ ਵਿੱਚ ਸੀ ਵੀ ਉਹਨਾਂ ਨੂੰ ਉੱਥੇ ਜਿਹੜੀ ਮੁਲਾਕਾਤ ਕਰਨ ਦਿੱਤੀ ਜਾਵੇ, ਤੇ ਜੋ ਆਖਿਰ ਜਿਹੜਾ ਪਰਿਵਾਰ ਹੈ, ਪਰਿਵਾਰ ਤਾਂ ਸਪੀਕਰ ਸਾਹਿਬ ਦੇ ਚੇਂਬਰ ਦੇ ਵਿੱਚ ਵੀ ਜਾ ਕੇ ਜੋ ਓਥ ਲੈਂਦੇ ਹੋਏ ਦੇਖਣ ਦੀ ਪਰਮਿਸ਼ਨ ਤਾਂ ਮਿਲਣੀ ਚਾਹੀਦੀ ਸੀ ਘੱਟੋ ਘੱਟ। ਜੇ ਬਾਕੀ 500 ਜਿਹੜੇ 40 MPs ਨੇ ਉਹਨਾਂ ਦੇ ਪਰਿਵਾਰਾਂ ਨੇ ਇਹਨਾਂ ਨੂੰ ਦੇਖਿਆ, ਤਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਜਿਹੜੇ ਰਸ਼ੀਦ ਸਾਹਿਬ ਨੇ ਉਹਨਾਂ ਦੇ ਪਰਿਵਾਰਾਂ ਦਾ ਵੀ ਹੱਕ ਬਣਦਾ। ਸਿਰ ਖਾਲਸਾ ਹੋਰਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿ ਰਹੇ ਕਿ ਹੁਣ ਅਗਲਾ ਟਾਰਗੇਟ 2027 ਦਾ, ਅਗਲਾ ਟਾਰਗੇਟ SGPC ਦਾ, ਔਰ ਕੋਸ਼ਿਸ਼ ਕਰਾਂਗੇ ਕਿ ਅੰਮ੍ਰਿਤਪਾਲ ਹੋਰਾਂ ਨਾਲ ਗੱਲਬਾਤ ਹੋਵੇ। ਤਾਂ ਅਸੀਂ ਜਿਮਨੀ ਚੋਣ ਲੜਨੀ ਹੈ ਨਹੀਂ ਲੜਨੀ, ਨਵੀਂ ਪਾਰਟੀ ਬਣਾ ਕੇ ਲੜਨਾ ਹੈ ਜਾਂ ਕਿਵੇਂ ਲੜਨਾ, ਉਸ 'ਤੇ ਵੀ ਗੱਲਬਾਤ ਕੀਤੀ ਜਾਏਗੀ। ਤਾਂ ਸ਼ਾਇਦ ਪਰਿਵਾਰ ਵੱਲੋਂ ਵੀ ਉਸ ਗੱਲਬਾਤ ਕੀਤੀ ਜਾਵੇ ਕਿ 2027 ਟਾਰਗੇਟ ਹੈ, SGPC ਟਾਰਗੇਟ ਹੈ। ਤੁਹਾਡੀ ਗੱਲਬਾਤ ਹੋਈ ਇਸ ਬਾਬਤ ਕੋਈ, ਉਹਨਾਂ ਨੇ ਕੀ ਕੁਛ ਕਿਹਾ ਜਦੋਂ ਤੁਸੀਂ ਡਿਬਰੂਗੜ੍ਹ ਜੇਲ੍ਹ 29 ਤਰੀਕ ਗਏ ਸੀ? ਦੇਖੋ, ਸਾਡੇ ਜਥੇਬੰਦੀ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਪ੍ਰਧਾਨ ਨੇ ਜਿਵੇਂ ਜਿਵੇਂ ਉਹ ਡਿਊਟੀ ਲਾਉਣਗੇ, ਵੀ ਜਿਵੇਂ ਉਹਨਾਂ ਨੇ ਪਹਿਲਾਂ ਇਹ ਸੇਵਾ ਦਿੱਤੀ ਸੀ ਜਥੇਬੰਦੀ ਦੀ ਕੇਸ ਲੜਨ ਦੀ, ਉਹ ਨਿਭਾ ਰਹੇ ਆ। ਜੇ ਕੋਈ ਪੋਲੀਟੀਕਲ ਜ਼ਿੰਮੇਵਾਰੀ ਹੋਊਗੀ ਉਹ ਵੀ ਨਿਭਾ। ਕੋਈ ਗੱਲਬਾਤ ਉਹਨਾਂ ਨੇ ਹਿੰਟ ਦਿੱਤਾ, ਕਈ ਵਾਰ ਗੱਲਬਾਤ ਤਾਂ ਹੁੰਦੀ ਹੈ, ਜੇ ਅਜਿਹਾ ਹੋਵੇ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਪੋਲੀਟੀਕਲ ਪਾਰਟੀ ਇਹ ਨਾਮ ਹੋ ਜਾਵੇ ਵਾਰਿਸ ਪੰਜਾਬ ਦੀ, ਔਰ ਇਹੀ ਪਾਰਟੀ ਦੇਖਣ ਨੂੰ ਮਿਲੇ ਪ੍ਰਧਾਨ ਤਾਂ ਹੈ ਹੀ ਨੇ, ਉਸ ਤੋਂ ਬਾਅਦ ਥੱਲੇ ਟੀਮ ਲਗਾ ਦਿੱਤੀ ਜਾਵੇ ਔਰ ਅੱਗੋਂ SGPC ਚੋਣ ਹੋਵੇ, ਕਿਉਂਕਿ ਧਾਰਮਿਕ ਪੱਖੋਂ ਵੀ ਦੇਖਿਆ ਜਾ ਰਿਹਾ। ਹਾਂਜੀ, ਦੇਖੋ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੇ ਅਤੇ ਉਹਨਾਂ ਦੇ 9 ਸਾਥੀ ਨੇ, ਉਹ ਵੀ ਚਲੋ ਸਾਰੇ ਪਹਿਲਾਂ ਤਾਂ ਜਥੇਬੰਦੀ ਨਾਲ ਜੁੜੇ ਹੋਏ ਨੇ, ਅਤੇ ਭਾਈ ਅੰਮ੍ਰਿਤਪਾਲ ਸਿੰਘ ਪ੍ਰਧਾਨ ਨੇ ਅਤੇ ਉਹ ਵੀ ਜਿਹੜੇ ਸਾਥੀ ਨਾਲ ਜੁੜੇ ਹੋਏ ਨੇ, ਉਹ ਵੀ ਸਾਥੀ ਆਗੂ ਨੇ ਸਾਰੇ, ਤਾਂ ਉਹ ਜਿਵੇਂ ਡਿਸਾਈਡ ਕਰਨਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ। ਗੱਲਬਾਤ ਹੋਈ ਪਾਰਟੀ ਬਣਾਉਣ ਨੂੰ ਲੈ ਕੇ ਜਾਂ SGPC ਚੋਣ ਨੂੰ ਲੈ ਕੇ? ਹਾਲੇ ਤਾਂ ਇਸ ਚੀਜ਼ 'ਤੇ ਬੜੀ, ਮੈਂ ਕਹੂੰਗੀ ਨੇਸੈਂਟ ਸਟੇਜ ਹੋਊਗੀ, ਬੜੀ ਸ਼ੁਰੂਆਤੀ ਜੋ ਦੌਰ ਹੋਊਗਾ। ਬਾਕੀ ਜਿਵੇਂ ਵੀ ਕੋਈ ਜਥੇਬੰਦੀ ਦੀ ਕੋਈ ਪਾਲਿਸੀ ਹੋਊਗੀ, ਜਥੇਬੰਦੀ ਦਾ ਕੋਈ ਵੀ ਇਸ 'ਤੇ ਕੋਈ ਬਣੂਗਾ, ਕੋਈ ਜੋ ਵੀ ਸਲਾਹ ਮਸ਼ਵਰਾ ਕਹਿ ਰਹੇ ਸੀ ਕਿ 27 ਵੀ ਟੀਚਾ SGPC ਵੀ ਹੈ, ਜਿਮਨੀ ਚੋਣ ਨੂੰ ਲੈ ਕੇ ਕਈ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਨੇ ਤਾਂ ਐਲਾਨ ਕਰ ਹੀ ਦਿੱਤਾ ਕਿ ਲੜੀ ਜਾਏਗੀ। ਨਹੀਂ, ਬਿਲਕੁਲ, ਮੇਰੀ ਵੀ ਇਹੀ ਰਾਏ ਹੈ, ਮੈਂ ਸਮਝਦਾ ਟੀਚਾ SGPC ਵੀ ਹੋਣੀ ਚਾਹੀਦੀ ਹੈ, ਟੀਚਾ ਸਰਪੰਚੀ ਚੋਣਾਂ ਵੀ ਹੋਣੀਆਂ ਚਾਹੀਦੀਆਂ ਨੇ, ਟੀਚਾ 2027 ਦੀ ਇਲੈਕਸ਼ਨ ਵੀ ਹੋਣੀ ਚਾਹੀਦੀ ਹੈ, ਅਤੇ 22 ਇਲੈਕਸ਼ਨ ਦਾ ਟੀਚਾ ਹੈ ਹੀ ਹੈ। ਬਾਕੀ ਜਿਹੜੀ ਵੀ ਕੋਈ ਫਾਈਨਲ ਕਾਲ ਹੋਊਗੀ, ਫਾਈਨਲ ਪਾਲਿਸੀ ਹੋਊਗੀ, ਉਹ ਭਾਈ ਅੰਮ੍ਰਿਤਪਾਲ ਸਿੰਘ ਸਾਡੇ ਪ੍ਰਧਾਨ ਨੇ, ਮੈਂਬਰ ਪਾਰਲੀਮੈਂਟ ਨੇ, ਅਤੇ ਉਹ ਸਮੇਂ ਤੋਂ ਸਮੇਂ ਜੋ ਸੰਗਤ ਦੇ ਹੁਣ ਮੁਲਾਕਾਤ ਅੱਜ ਇੱਥੇ ਤਾਂ ਨਹੀਂ ਹੋ ਪਾਣੀ, ਤੁਸੀਂ ਹੁਣ ਡਿਬਰੂਗੜ੍ਹ ਜੇਲ੍ਹ ਦਾ ਸਮਾਂ ਮੰਗੋਗੇ ਕਿ ਉੱਥੇ ਜਾ ਕੇ ਸਾਰੀ ਪਲੈਨਿੰਗ ਕੀਤੀ ਜਾਵੇ? ਹਾਂਜੀ, ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਜੋ ਗੱਲਬਾਤ ਹੋ ਸਕਦੀ ਆ ਹੁਣ ਤੋਂ, ਮੈਂ ਕੁਝ ਕੁ ਹਫ਼ਤਾ ਪਹਿਲਾਂ ਹੀ ਮਿਲ ਕੇ ਆਇਆ ਉਹਨਾਂ ਨੂੰ 29 ਜੂਨ ਨੂੰ, ਅਤੇ ਉਸ ਤੋਂ ਬਾਅਦ ਇੱਥੇ ਦੇਖਦੇ ਹਾਂ
ਵੀ ਜੋ ਕਿਸੇ ਤਰੀਕੇ ਦੇ ਨਾਲ ਮੈਂ ਉਹਨਾਂ ਦਾ ਇੱਕ ਜੋ ਐਡਵੋਕੇਟ ਆ ਉਹਨਾਂ ਜਥੇਬੰਦੀ ਦਾ ਸਕੱਤਰ ਆ, ਲੀਗਲ ਐਡਵਾਈਜ਼ਰ ਆ ਉਹਨਾਂ ਦੀ ਜਥੇਬੰਦੀ ਦਾ, ਤਾਂ ਜੇ ਕਿਸੇ ਕਿਸੇ ਕਾਰਨ ਨਾਲ ਕੋਈ ਮੁਲਾਕਾਤ ਹੋ ਸਕਦੀ ਹੋਏ ਤਾਂ ਦੇਖਦੇ ਹਾਂ ਜੀ ਇੱਥੇ ਕੀ ਬੰਦ।